ਅੱਜ ਅਸੀਂ ਜੋ ਗੱਲ ਕਰਾਂਗੇ ਉਹ ਕਰਾਂਗੇ PDFA ਦੀ ਮੈਂਬਰਸ਼ਿਪ ਰਿਗਾਰਡਿੰਗ ਤੇ ਡੇਰੀ ਫਾਰਮ ਟ੍ਰੇਨਿੰਗ ਦੇ ਰਿਗਾਰਡਿੰਗ ਜੋ ਕਿ ਪੰਜਾਬ ਦੇ ਵਿੱਚ ਪ੍ਰੋਵਾਈਡ ਕੀਤੀ ਜਾਂਦੀ ਹੈ। ਤੁਹਾਡੇ ਸਾਰਿਆਂ ਦੇ ਬਹੁਤ ਸਾਰੇ ਸਵਾਲ ਆਉਂਦੇ ਸੀ ਕਿ ਅਸੀਂ ਇਹ ਕਿੱਦਾਂ ਲੈ ਸਕਦੇ ਹਾਂ, ਇਹਦੇ ਕੀ ਚਾਰਜਿਸ ਨੇ ਤੇ PDFA ਦੇ ਮੈਂਬਰ ਅਸੀਂ ਕਿਵੇਂ ਬਣ ਸਕਦੇ ਹਾਂ। ਦੇਖੋ ਜੀ, PDFA ਦੇ ਮੈਂਬਰ ਬਣਨਾ ਬਹੁਤ ਹੀ ਜ਼ਿਆਦਾ ਸੌਖਾ ਹੈ। ਤੁਸੀਂ ਸਿਰਫ ਇਹਨਾਂ ਦੀ ਇੱਕ ਮੀਟਿੰਗ ਜੁਆਇਨ ਕਰਨੀ ਹੈ। ਹੁਣ ਜੋ ਰੀਸੈਂਟਲੀ ਇਹਨਾਂ ਦਾ ਸੈਮੀਨਾਰ ਹੈ ਉਹ 19 ਅਪ੍ਰੈਲ ਦਾ ਹੈ। ਮੈਂ ਤੁਹਾਨੂੰ ਸਕਰੀਨ ਦੇ ਉੱਤੇ ਇਹਨਾਂ ਦਾ ਸਕਰੀਨਸ਼ਾਟ ਪਾ ਦਾਂਗੀ, ਥੱਲੇ ਇੱਕ ਨੰਬਰ ਵੀ ਦਿੱਤਾ ਹੋਇਆ, ਤੁਸੀਂ ਉਸ ਨੰਬਰ ਦੇ ਉੱਤੇ ਫੋਨ ਕਰਕੇ ਤੇ ਫਿਰ ਤੁਸੀਂ ਸਾਰੀ ਡਿਟੇਲਸ ਲੈ ਸਕਦੇ ਹੋ। ਇਹਨਾਂ ਦਾ ਜੋ ਹੈੱਡ ਆਫਿਸ ਹੈ ਉਹ ਮੁੱਲਾਪੁਰ ਦਾਖ ਹੈ, ਜਗਰਾਉਂ ਲੁਧਿਆਣਾ ਦੇ ਵਿੱਚ। ਇਹਨਾਂ ਦੀਆਂ ਸਾਰੀ ਮੀਟਿੰਗਸ ਮੇਨਲੀ ਇੱਥੇ ਹੀ ਹੁੰਦੀਆਂ ਨੇ। ਤੁਸੀਂ ਸਿਰਫ ਇਹਨਾਂ ਦੀ ਮੀਟਿੰਗ ਦੇ ਵਿੱਚ ਜਾਣਾ, ਜਦੋਂ ਤੁਸੀਂ ਇਹਨਾਂ ਦੀ ਮੀਟਿੰਗ ਅਟੈਂਡ ਕਰਦੇ ਹੋ ਤੇ ਫਿਰ ਉੱਥੇ ਇੱਕ ਫਾਰਮ ਫਿਲ ਹੁੰਦਾ ਹੈ ਮੈਂਬਰਸ਼ਿਪ ਦਾ। ਜਦੋਂ ਅਸੀਂ ਜੁਆਇਨ ਕੀਤਾ ਸੀ ਇਹਦੀ ਮੈਂਬਰਸ਼ਿਪ ਫੀਸ 500 ਰੁਪੀਸ ਸੀ, ਹੁਣ ਮੈਨੂੰ ਲੱਗਦਾ ਇਹ ਮੈਂਬਰਸ਼ਿਪ ਫੀਸ ਵੱਧ ਕੇ 1000 ਤੋਂ 1100 ਰੁਪਏ ਹੋ ਚੁੱਕੀ ਹੈ। ਫਿਰ ਤੁਸੀਂ ਜਾ ਕੇ ਇੱਕ ਵਾਰੀ ਕਨਫਰਮ ਕਰ ਲਿਓ ਕਿ ਫੀਸ ਕਿੰਨੀ ਹੈ। ਉੱਥੇ ਜਾ ਕੇ ਤੁਸੀਂ ਜਦੋਂ ਫਾਰਮ ਮਿਲ ਜਾਂਦਾ ਹੈ, ਤੁਸੀਂ ਇੱਕ ਪਰਮਾਨੈਂਟ ਨੰਬਰ ਤੁਹਾਨੂੰ ਦਿੱਤਾ ਜਾਂਦਾ ਹੈ, ਮੈਂਬਰਸ਼ਿਪ ਨੰਬਰ। ਉਸ ਮੈਂਬਰਸ਼ਿਪ ਨੰਬਰ ਦੇ ਨਾਲ ਤੁਸੀਂ ਫਿਰ PDFA ਤੋਂ ਸੀਮਨ ਵਗੈਰਾ ਲੈ ਸਕਦੇ ਹੋ। PDFA ਤੁਹਾਨੂੰ ਫੀਡ ਫਾਰਮੂਲੇ ਉੱਤੇ ਵੀ ਗਾਈਡ ਕਰ ਸਕਦੀ ਹੈ ਜਾਂ ਤੁਹਾਡੀ ਸਾਰੀ ਪ੍ਰੋਬਲਮਸ ਦੇ ਉੱਤੇ ਡਿਸਕਸ਼ਨ ਤੁਹਾਨੂੰ ਸੁਝਾਅ ਦੇ ਸਕਦੀ ਹੈ। ਤੇ ਵਧੀਆ ਗੱਲ ਹੋਵੇਗੀ ਜੇ ਤੁਸੀਂ PDFA ਦੇ ਮੈਂਬਰ ਬਣ ਜਾਓ, ਕਿਉਂਕਿ ਬਹੁਤ ਹੀ ਵਧੀਆ ਸੰਸਥਾ ਹੈ ਸਾਡੀ ਡੇਅਰੀ ਫਾਰਮਿੰਗ ਐਸੋਸੀਏਸ਼ਨ, ਜੋ ਕਿ ਸਾਡੇ ਡੇਅਰੀ ਫਾਰਮਰਸ ਦੇ ਹਿੱਤ ਵਾਸਤੇ ਕੰਮ ਕਰ ਰਹੀ ਹੈ। ਅਗਲੀ ਗੱਲ ਆਉਂਦੀ ਹੈ ਕਿ ਡੇਅਰੀ ਫਾਰਮ ਟ੍ਰੇਨਿੰਗ ਦੀ। ਦੇਖੋ ਜੀ, ਪੰਜਾਬ ਦੇ ਵਿੱਚ 2 ਤਰ੍ਹਾਂ ਦੀ ਡੇਅਰੀ ਫਾਰਮਿੰਗ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇੱਕ ਆ ਜਿਹੜੀ ਆਉਂਦੀ ਹੈ ਉਹ ਹੁੰਦੀ ਹੈ 15 ਦਿਨ ਯਾਨੀ ਕਿ 2 ਹਫ਼ਤੇ, ਦੂਜੀ ਆਉਂਦੀ ਹੈ 4 ਹਫ਼ਤੇ ਯਾਨੀ ਕਿ ਮਹੀਨੇ ਦੀ ਟ੍ਰੇਨਿੰਗ। ਇਹਦੇ ਵਿੱਚ ਜਿਹੜੀ 2 ਹਫ਼ਤੇ ਦੀ ਟ੍ਰੇਨਿੰਗ ਹੈ ਉਹਦੇ ਚਾਰਜਿਸ 1000 ਰੁਪਏ ਦੇ ਨੇ, ਔਰ ਜਿਹੜੀ 4 ਹਫ਼ਤਿਆਂ ਦੀ ਟ੍ਰੇਨਿੰਗ ਹੈ ਉਹਦੇ ਚਾਰਜਿਸ 5000 ਰੁਪਏ ਨੇ, ਤੇ ਜਿਹੜੀ 2 ਹਫ਼ਤਿਆਂ ਦੀ ਟ੍ਰੇਨਿੰਗ ਹੈ ਉਹਦੇ ਵਿੱਚ ਸਿਰਫ ਤੁਹਾਨੂੰ ਮੈਨੇਜਮੈਂਟ ਸਿਖਾਈ ਜਾਂਦੀ ਹੈ, ਫੀਡ ਮੈਨੇਜਮੈਂਟ ਕਿਵੇਂ ਕਰਨੀ ਹੈ ਜਾਂ ਗਾਵਾਂ ਦੀ ਮੈਨੇਜਮੈਂਟ ਕਿਵੇਂ ਕਰਨੀ ਹੈ, ਹੀਟ ਸਟ੍ਰੈਸ ਵਗੈਰਾ, ਇਹੋ ਜਿਹੀਆਂ ਸਿਰਫ ਸਾਂਭ ਸੰਭਾਲ ਦੀਆਂ ਗੱਲਾਂ ਤੁਹਾਨੂੰ ਸਿਖਾਈਆਂ ਜਾਂਦੀਆਂ ਨੇ। ਤੇ ਜੇ ਤੁਸੀਂ 4 ਹਫ਼ਤਿਆਂ ਵਾਲੀ ਟ੍ਰੇਨਿੰਗ ਜੁਆਇਨ ਕਰਦੇ ਹੋ ਫਿਰ ਤੁਹਾਨੂੰ AI ਵਗੈਰਾ ਇਹੋ ਜਿਹੀਆਂ ਟੈਕਨੀਕਲ ਚੀਜ਼ਾਂ ਵੀ ਸਿਖਾਈਆਂ ਜਾਂਦੀਆਂ ਨੇ। ਤੇ ਇਹ ਤੁਸੀਂ ਜੁਆਇਨ ਕਰ ਲਿਓ, ਜਿੰਨੇ ਵੀ ਕਿਸੇ ਨੇ ਡੇਅਰੀ ਫਾਰਮਿੰਗ ਦੇ ਵਿੱਚ ਆਉਣਾ ਹੈ ਉਹ ਇਹ ਟ੍ਰੇਨਿੰਗ ਲੈ ਸਕਦੇ ਨੇ। ਤੇ ਮੈਂ ਕੋਸ਼ਿਸ਼ ਕਰਾਂਗੀ ਤੁਹਾਨੂੰ ਨੰਬਰਸ ਪ੍ਰੋਵਾਈਡ ਕਰਦਾ ਜਿਹਦੇ ਉੱਤੇ ਰਾਬਤਾ ਕਰਕੇ ਤੁਸੀਂ ਇਹਨਾਂ ਦੇ ਉੱਤੋਂ ਡਿਟੇਲਸ ਲੈ ਸਕਦੇ ਹੋ ਡੇਅਰੀ ਫਾਰਮਿੰਗ ਟ੍ਰੇਨਿੰਗ ਬਾਰੇ। ਤੇ ਬਾਕੀ ਤੁਸੀਂ ਆਪਣੀ ਮਰਜ਼ੀ ਦੇ ਨਾਲ ਜਿੱਥੇ ਮਰਜ਼ੀ ਜੁਆਇਨ ਕਰ ਸਕਦੇ ਹੋ। ਮੈਨੂੰ ਲੱਗਦਾ ਕਿ ਡਿਸਟ੍ਰਿਕਟ ਵਾਈਜ਼ ਹੀ ਪ੍ਰੋਵਾਈਡ ਕਰ ਦਿੰਦੀ ਹੈ, 4-5 ਡਿਸਟ੍ਰਿਕਟ ਦਾ ਇਹਨਾਂ ਨੇ ਇੱਕ ਸੈਂਟਰ ਰੱਖਿਆ ਹੁੰਦਾ ਜਿਹਦੇ ਵਿੱਚ ਇਹ ਟ੍ਰੇਨਿੰਗ ਪ੍ਰੋਵਾਈਡ ਕਰ ਦਿੰਦੀ ਹੈ, ਜਿਵੇਂ ਅੰਮ੍ਰਿਤਸਰ ਦੇ ਸਾਡੇ ਅੰਮ੍ਰਿਤਸਰ ਦੇ ਵੇਰਕਾ ਦੇ ਵਿੱਚ ਇਹ ਟ੍ਰੇਨਿੰਗ ਪ੍ਰੋਵਾਈਡ ਕਰਦੇ ਨੇ। ਤੇ ਹੋਰ ਕੋਈ ਡਾਊਟ ਹੈਗਾ ਜੇ ਤੁਹਾਨੂੰ ਇਸ ਚੀਜ਼ ਦੇ ਰਿਗਾਰਡਿੰਗ, PDFA ਮੈਂਬਰਸ਼ਿਪ ਦੇ ਰਿਗਾਰਡਿੰਗ ਜਾਂ ਡੇਅਰੀ ਫਾਰਮ ਟ੍ਰੇਨਿੰਗ ਦੇ ਰਿਗਾਰਡਿੰਗ, ਫਿਰ ਤੁਸੀਂ ਥੱਲੇ ਕਮੈਂਟ ਕਰਕੇ ਦੱਸ ਦਿਓ, ਮੈਂ ਤੁਹਾਡਾ ਉਹ ਡਾਊਟ ਕਲੀਅਰ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੀ। ਤੇ ਜਿਨ੍ਹਾਂ ਨੇ ਅੱਜ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਦਾ ਲਿੰਕ ਥੱਲੇ ਹੈ, ਉਹ ਪਲੀਜ਼ ਤੁਸੀਂ ਕਰ ਲਿਓ ਤੇ ਲਾਈਕ ਜ਼ਰੂਰ ਕਰ ਦਿਓ, ਤੇ ਹੋ ਸਕੇ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਵੀ ਨਵੇਂ ਡੇਅਰੀ ਫਾਰਮਰਸ ਹੈ ਉਹਨਾਂ ਨੂੰ ਇਸ ਦੀ ਜਾਣਕਾਰੀ ਹੋ ਸਕੇ। ਤੇ ਆਪਾਂ ਮਿਲਦੇ ਹਾਂ ਇੱਕ ਨੈਕਸਟ ਬਹੁਤ ਵਧੀਆ ਵੀਡੀਓ ਨਾਲ, ਤਦ ਤੱਕ ਲਈ ਤੁਸੀਂ ਆਪਣਾ ਖਿਆਲ ਰੱਖੋ ਤੇ ਆਪਣੇ ਜਾਨਵਰਾਂ ਦਾ ਖਿਆਲ ਰੱਖੋ। ਬਾਏ ਬਾਏ।